ਪੰਜਾਬ ਰਾਜ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਪ੍ਰੀਖਿਆਵਾਂ ਦੇ ਖਰਾਬ ਨਤੀਜੇ ਆਉਣ ਉੱਤੇ ਕਾਂਗਰਸ ਪਾਰਟੀ ਤੋਂ ਬਾਅਦ ਹੁਣ ਨੈਸ਼ਨਲ ਵਿਦਿਆਰਥੀ ਯੂਨੀਅਨ ਆਫ ਇੰਡੀਆ ਵੱਲੋਂ ਅੰਮ੍ਰਿਤਸਰ ਦੇ ਵਿੱਚ ਸਿੱਖਿਆ ਬੋਰਡ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜਥੇਬੰਦੀ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਬਾਹਰ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਿੱਖਿਆ ਵਿਭਾਗ ਖਿਲਾਫ ਨਾਅਰੇਬਾਜ਼ੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਜਿਹੜੇ 10ਵੀਂ ਦੇ ਬੱਚਿਆਂ ਦਾ ਰਿਜ਼ਲਟ ਸਰਕਾਰੀ ਸਕੂਲਾਂ 'ਚ ਬੱਚੇ ਗਰੀਬਾਂ ਦੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਹੱਕ 'ਚ ਅਸੀਂ ਕਰ ਰਹੇ ਹਾਂ ਕਿਉਂਕਿ 32% ਬੱਚੇ ਜਿਹੜੇ ਪੰਜਾਬ 'ਚ ਸਰਕਾਰੀ ਸਕੂਲਾਂ 'ਚ ਉਹਨਾਂ ਦਾ ਬੱਚੇ ਫੇਲ ਹੋਏ ਨੇ। ਸੋ ਇਹ ਪੰਜਾਬ ਸਰਕਾਰ ਦੀ ਨਲੈਕੀ ਕਰਕੇ ਫੇਲ ਹੋਏ ਨੇ। ਇਹਨਾਂ ਨੇ ਕੋਈ ਪੋਲਿਸੀ ਨਹੀਂ ਹੈ, ਕੋਈ ਬੱਚਿਆਂ ਨੂੰ ਪੜ੍ਹਾਉਂਦਾ ਨਹੀਂ ਹੈ। ਇੰਨੀਆਂ 50 ਜਾਂ 60-60 ਹਜ਼ਾਰ ਇੱਕ ਇੱਕ ਮੁਲਾਜ਼ਮ ਨੂੰ ਤਨਖਾਹ ਦਿੰਦੇ ਨੇ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਵਾਲੇ। ਸੋ ਅੱਜ ਅਸੀਂ ਪ੍ਰੋਟੈਸਟ NSUI ਦੇ ਯੂਥ ਕਾਂਗਰਸ ਸਮੁੱਚੇ ਪ੍ਰੋਟੈਸਟ ਕਰਕੇ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਹਰ ਮੁੱਦੇ ਦੇ ਇਸ ਵੇਲੇ ਫੇਲ ਹੋ ਚੁੱਕੀ ਹੈ। ਸੋ ਸਿੱਖਿਆ ਮੰਤਰੀ ਨੂੰ ਇਸ ਰਿਜ਼ਲਟ ਦੇ ਬਾਅਦ ਚੋਂ ਇਹਨੂੰ ਆਪਣੇ ਪਹਿਲ ਦੇ ਆਧਾਰ 'ਤੇ ਇਹਨੂੰ ਅਸਤੀਫਾ ਦੇਣਾ ਚਾਹੀਦਾ। ਸੋ ਅਸੀਂ ਅੱਜ ਇਹ ਪ੍ਰੋਟੈਸਟ ਅੱਜ ਅਸੀਂ ਇੱਥੇ ਕੀਤਾ। ਪੰਜਾਬ ਐਜੂਕੇਸ਼ਨ ਬੋਰਡ ਦਾ ਰਿਜ਼ਲਟ 68% ਆਇਆ, ਬਲਕਿ CBSE ਬੋਰਡ ਦਾ 98% ਰਿਜ਼ਲਟ ਆਇਆ। ਪੰਜਾਬ ਐਜੂਕੇਸ਼ਨ ਬੋਰਡ ਦਾ ਤਾਂ ਇੰਨਾ ਰਿਜ਼ਲਟ ਮਾੜਾ ਆਇਆ ਤਾਂ ਕਿ ਵੀ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈਗੇ, ਉਹਨਾਂ ਨੂੰ ਪ੍ਰੋਵਾਈਡ ਨਹੀਂ ਕਰ ਸਕਦੇ, ਉਹਨਾਂ ਦੀ ਸੈਲਰੀ ਪ੍ਰੋਵਾਈਡ ਨਹੀਂ ਕਰਦੇ, ਤਾਂ ਕਰਕੇ ਟੀਚਰ ਨਹੀਂ ਸਕੂਲਾਂ 'ਚ ਅਟੈਂਡ ਕਰਦੇ। ਬਾਕੀ ਨੌਕਰੀਆਂ ਦੇਣੀਆਂ ਚਾਹੀਦੀਆਂ ਇਹਨਾਂ ਨੂੰ, ਟੀਚਰਾਂ ਨੂੰ, ਜਿਹੜੀ ਅੱਗੇ ਤੋਂ ਇੰਨੀ ਪਰਸੈਂਟੇਜ ਵਧੇ। ਇਸ ਚੀਜ਼ ਦੀ ਅਸੀਂ ਮੁਹਿੰਮ ਅੱਜ ਅੰਮ੍ਰਿਤਸਰ ਤੋਂ ਸਟਾਰਟ ਕਰ ਰਹੇ ਹਾਂ। ਜੇ ਇਹਦੇ ਉੱਤੇ ਸਾਨੂੰ ਕੋਈ ਸ਼ਿਓਰਟੀ ਨਹੀਂ ਦਿੱਤੀ ਗਈ ਪੰਜਾਬ ਸਰਕਾਰ ਤੋਂ ਵੀ ਅਗਲੀ ਵਾਰੀ ਸਾਡਾ ਰਿਜ਼ਲਟ ਵਧੀਆ ਆਊਗਾ, ਨਹੀਂ ਤਾਂ ਫਿਰ ਅਸੀਂ ਅੱਗੇ ਮੋਹਾਲੀ ਦੇ ਵਿੱਚ ਵੱਡਾ ਪ੍ਰੋਟੈਸਟ ਕਰਾਂਗੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।